ਲੋਕ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਹੁਣ ਸਾਰੀਆਂ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰਾਂ ਦੀ ਛਾਣਬੀਨ ਸ਼ੁਰੂ ਕਰ ਦਿੱਤੀ ਹੈ ਅਤੇ ਸਭ ਤੋਂ ਮੋਰੀ ਹੈ ਪੰਜਾਬ ਜਮਹੂਰੀ ਗੜਜੋੜ ਜਿਨ੍ਹਾਂ ਨੇ ਕਿ ਪਟਿਆਲਾ ਤੋਂ ਡਾਕਟਰ ਤਨਵੀਰ ਗਾਂਧੀ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਤੇ ਸਾਡੇ ਨਾਲ ਨੇ ਡਾਕਟਰ ਤਨਵੀਰ ਗਾਂਧੀ ਕਿੰਨੀ ਕੀ ਤਿਆਰੀ ਹੈ ਗਾਂਧੀ ਸਾਹਿਬ ਪੂਰੀ ਤਿਆਰੀ ਹੈ ਜੀ ਪੂਰੀ ਤਿਆਰੀ ਹੈ ਮੈਂ 5 ਸਾਲ ਕੰਮ ਕੀਤਾ ਲੋਕਾਂ ਦੇ ਪਹਿਲਾਂ ਡਾਕਟਰੀ ਤਾਂ ਹੀ 40 ਸਾਲ ਲੋਕਾਂ ਦੀ ਸੇਵਾ ਕੀਤੀ ਹੈ 5 ਸਾਲ ਸਿਆਸਤ ਰਾਹੀਂ ਲੋਕਾਂ ਦੀ ਸੇਵਾ ਕੀਤੀ ਹੈ ਪਾਰਦਰਸ਼ੀ ਢੰਗ ਨਾਲ ਕੰਮ ਕੀਤਾ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਕੰਮ ਕੀਤਾ ਨਰ ਪਾਕਤਾਨਾ ਕੰਮ ਕੀਤਾ ਹੈਗਾ ਔਰ ਪਟਿਆਲੇ ਵਾਸਤੇ ਵੱਡੇ ਪ੍ਰੋਜੈਕਟ ਲੈ ਕੇ ਆਇਆ 10 1000 ਦੇ ਕਰੀਬ ਸਕੂਲਾਂ ਦੀ ਜੋ ਬੁਨਿਆਦੀ ਢਾਂਚੇ ਉਹਦੇ ਸੁਧਾਰ ਕੀਤਾ ਹੈਗਾ ਪਾਸਪੋਰਟ ਦਫਤਰ ਲੈ ਕੇ ਆਇਆ ਪਟਿਆਲੇ ਸੋ ਬਹੁਤ ਕੰਮ ਨੇ ਲੰਬੀ ਲੋੜ ਚੌੜੀ ਲਿਸਟ ਹੈਗੀ ਹੈ ਜੋ ਮੇਰੇ 5 ਸਾਲ ਦੀ ਰਾਣੀ ਰਾਜਨੀਤਿਕ ਜੀਵਨ ਹੈਗਾ ਔਰ ਪਾਰਲੀਮੈਂਟਰੀ ਰਾਜਨੀਤਿਕ ਜੀਵਨ ਹੈ ਉਹਦਾ ਮੇਰਾ ਇੱਕ ਸ਼ਾਨਦਾਰ ਮੇਰਾ ਕੰਮ ਦਾ ਇੱਕ ਇੱਕ ਹਿਸਟਰੀ ਹੈਗੀ ਹੈ ਉਹਦੇ ਬਲਬੂਤੇ ਲੋਕਾਂ ਦੇ ਪਿਆਰ ਦੇ ਸਿਰ ਤੇ ਮੈਂ ਦੁਆਰਾ میدان ਚ ਕੁਦਿਆ ਹੈਗਾ ਔਰ ਲਾਜ਼ਮੀ ਤੌਰ ਤੇ ਜਿੱਤ ਪ੍ਰਾਪਤ ਕਰੂੰਗਾ ਮੈਨੂੰ ਪੂਰਾ ਯਕੀਨ ਹੈ ਜੀ ਚੋਣਾਂ ਲੜਨ ਦੇ ਲਈ ਰਾਜਨੀਤਿਕ ਪਾਰਟੀ ਦਾ ਕੋ ਮੈਂਬਰ ਹੋਣਾ ਪੈਂਦਾ ਲੋਕਾਂ ਨੂੰ ਦੱਸੋਗੇ ਕਿਹੜੀ ਪਾਰਟੀ ਦੇ ਮੈਂਬਰ ਹਾਂਜੀ ਹਾਂਜੀ ਸਾਡੀ ਅਸੀਂ ਇੱਕ ਨਵੀਂ ਪਾਰਟੀ ਬਣੀ ਹੈਗੀ ਹੈ ਉਹਦਾ ਨਾਂ ਹੈਗਾ ਨਵਾ ਪੰਜਾਬ ਪਾਰਟੀ ਨਵਾ ਪੰਜਾਬ ਪਾਰਟੀ ਰਜਿਸਟਰਡ ਹੋ ਚੁੱਕੀ ਹੈਗੀ ਹੈ ਇੱਕ ਤੋਂ ਦਿੰਨ ਚ ਤੇਰਾ ਚੋਣ ਨਿਸ਼ਾਨ ਮਿਲ ਜਾਊਗਾ ਉਸ ਵਾਰ ਤੁਹਾਨੂੰ ਸਾਰੀ ਡਿਟੇਲ ਦੇ ਦੇਵਾਂਗੇ ਜੀ ਉਹਦੀ ਗੱਠਜੋੜ ਦਾ ਅੱਜ ਥੋੜਾ ਵਿਸਥਾਰ ਹੋਇਆ ਦੋ ਪਾਰਟੀਆਂ ਹੋਰ ਵੀ ਸ਼ਾਮਲ ਹੋਈਆਂ ਨੇ ਕਮਿਊਨਿਸਟ ਪਾਰਟੀਆਂ ਕਿਵੇਂ ਦੇਖਦੇ ਹੋ ਗੱਠਜੋੜ ਪੰਜਾਬ ਦੇ ਵਿੱਚ ਕੋਈ ਦੇਖੋ ਪੰਜਾਬ ਦੀਆਂ ਮੰਗਾਂ ਵਾਸਤੇ ਦੇਸ਼ਿਕ ਵਧੀਆ ਰਾਜ ਪ੍ਰਬੰਧ ਲਿਆਉਣ ਵਾਸਤੇ ਔਰ ਜਿਹੜੀ ਵਿਰੋਧੀ ਪਾਰਟੀਆਂ ਹੈਗੀਆਂ ਜਿਹਨੀਆਂ ਲੋਕ ਵਿਰੋਧੀ ਪਾਰਟੀਆਂ ਹੈਗੀਆਂ ਪੰਜਾਬ ਵਿੱਚ ਖਾਸ ਤੌਰ ਤੇ ਅਖਾਲੀ ਭਾਜਪਾ ਘਟ ਜੋੜ ਤੇ ਕਾਂਗਰਸ ਇਹਨਾਂ ਦੋਹਾਂ ਨੂੰ ਪੰਜਾਬ ਦੀ ਰਾਜਨੀਤੀ ਚੋਂ ਬਾਹਰ ਕੱਢਣ ਵਾਸਤੇ ਔਰ ਪੰਜਾਬ ਦੀਆਂ ਜੋ ਮੰਗਾਂ ਨੇ ਜੋ ਜਮਹੂਰੀ ਮੰਗਾਂ ਨੇ ਪੰਜਾਬ ਦੀਆਂ ਜੋ ਫੈਡਰਲ ਮੰਗਾਂ ਨੇ ਪੰਜਾਬ ਦੀਆਂ ਚਾਹੇ ਪਾਣੀਆਂ ਦੀ ਹੈਗੀ ਹੈ ਚਾਹੇ ਰਾਜਤਾਨੀ ਦੀ ਹੈਗੀ ਚਾਹੇ ਪੰਜਾਬੀ ਬੋਲੇ ਇਲਾਕਿਆਂ ਦੀ ਹੈ ਚਾਹੇ ਪਾਸ਼ਾ ਦੀ ਮੰਗ ਹੈਗੀ ਹੈ ਚਾਹੇ ਪੰਜਾਬ ਦੇ ਸਾਧਨਾਂ ਦੀ ਪੰਜਾਬ ਦੀ ਮਾਲਕੀ ਦੀ ਮੰਗ ਹੈਗੀ ਹੈ ਉਹ ਜਿਹੜੇ ਮੰਗਾਂ ਨੂੰ ਵਾਸਤੇ ਔਰ ਉਹਨਾਂ ਵਾਸਤੇ ਲੜਨ ਵਾਸਤੇ ਜਿਹੜਾ ਕਿਸੇ ਵੇਲੇ ਅਕਾਲੀ ਦਲ ਨੇ ਜੋ ਕੰਮ ਕੀਤਾ ਸੀਗਾ ਔਰ ਜਿਹੜਾ ਹੁਣ ਅਕਾਲੀ ਦਲ ਬਿਲਕੁਲ ਪੰਜਾਬ ਨੂੰ ਬਿਦਾਵਾ ਲੈ ਕੇ ਚਲਾ ਗਿਆ ਹੈਗਾ ਇੱਕ 5 12 ਗੜਜੋੜ ਕਰਕੇ ਅੱਜ ਅੱਜ ਉਸ ਪੰਜਾਬੀਅਤ ਦੀ ਨਾਂ ਦੇ ਇੱਕ ਲਹਿਰ ਦੀ ਲੋੜ ਹੈ ਪੰਜਾਬੀ ਦੇ ਨਾਂ ਦੇ ਸਿਆਸਤ ਦੀ ਲੋੜ ਹੈ ਤਾਂ ਉਹ ਅਸੀਂ ਸਿਆਸਤ ਵਾਸਤੇ ਅੱਜ ਮੁੱਢ ਬੰਨਿਆ ਹੈਗਾ ਜੀ ਤੁਸੀਂ ਕਹਿੰਦੇ ਸੀ ਕਿ ਨੈਸ਼ਨਲ ਪਾਰਟੀਆਂ ਜਿਹੜੀਆਂ ਆ ਉਹ ਸੂਬਿਆਂ ਦੇ ਅਧਿਕਾਰ ਖਾ ਜਾਂਦੀਆਂ ਤੁਹਾਡੇ ਨਾਲ ਹੁਣ ਨੈਸ਼ਨਲ ਪਾਰਟੀਆਂ ਵੀ ਆ ਚੁੱਕੀਆਂ ਬਸਪਾ ਵੀ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਕਹਿੰਦੀ ਹੈ ਸੀਪੀਆਈ ਵੀ ਨੈਸ਼ਨਲ ਪਾਰਟੀ ਹੈ ਤੁਹਾਨੂੰ ਲੱਗਦਾ ਫਿਰ ਇਹ ਖੇਤਰੀ ਜਿਹੜੇ ਹੱਕ ਨੇ ਉਹਨਾਂ ਨੂੰ ਲੈਣ ਵਿੱਚ ਤੁਹਾਡਾ ਸਾਥ ਦੇਣਗੇ ਨਹੀਂ ਜੀ ਬਿਲਕੁਲ ਲਾਜ਼ਮੀ ਜਦੋਂ ਆਪ ਬੈਲੈਂਸ ਕੀਤਾ ਹੈਗਾ ਤਾਂ ਅਸੀਂ ਕਾਮਨ ਮੈਨੂ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਜੀ ਛਟੂ ਛਟ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਉਹਦੇ ਸਾਰੇ ਪੰਜਾਬ ਦੇ ਅਧਿਕਾਰ ਹੈਗੇ ਆ ਕੇਂਦਰ ਰਾ ਸਬੰਧ ਹੈਗੇ ਉਹ ਸਾਰੇ ਉਹਦੇ ਵਿੱਚ ਸ਼ਾਮਲ ਹੋਣਗੇ ਤਾਂ ਉਹ ਸਾਡਾ ਸਾਡਾ ਸਾਂਝਾ ਪ੍ਰੋਗਰਾਮ ਹੋਊਗਾ ਜੀ ਡੋਡੇ ਤੇ ਭੁੱਕੀ ਦੀ ਖੇਤੀ ਤੁਸੀਂ ਹਫੀਮ ਦੀ ਖੇਤੀ ਦੀ ਗੱਲ ਕਰਦੇ ਹੋ ਨਸ਼ੇ ਤੋਂ ਪਚਾਉਣ ਵਾਸਤੇ ਗਠਜੋੜ ਦੇ ਵਿੱਚ ਗੱਲਬਾਤ ਹੋਈ ਹੈ ਕੋਈ ਫਾਈਨਲ ਹੋਇਆ ਨਹੀਂ ਉਸ ਉਸਮਾ ਉੱਥੇ ਕੁਝ ਇਸ ਇੱਥੇ ਕੋਈ ਚਰਚਾ ਨਹੀਂ ਹੋਈ ਇਹ ਸਾਡਾ ਅਲਸਟੈਂਡ ਹੈਗਾ ਪੰਜਾਬ ਮੰਚ ਦਾ ਕਿ ਜਦ ਤੱਕ ਪੰਜਾਬ ਜੀ ਹਫੀਮ ਜੇ ਡੋਡੇ ਤੇ ਫੀਮ ਦੇ ਜਿਹੜੇ ਠੇਕੇ ਨਹੀਂ ਖੋਲੇ ਜਾਂਦੇ ਉਹ ਤੱਕ ਪੰਜਾਬ ਦੇ ਪੰਜਾਬ ਜਿਹੜਾ ਮਾਰੂ ਨਸ਼ੇ ਹੈਗੇ ਆ ਚਿੱਟਾ ਸਮੈਕ ਹੀਰੋਇਨ ਜਾਂ ਟੀਕੇ ਨਸ਼ੀਆਂ ਗੋਲੀਆਂ ਜਾਂ ਟੀਕੇ ਜਿਹਨਾਂ ਪੰਜਾਬ ਦੇ ਮੌਤਾਂ ਹੋ ਰਹੀਆਂ ਹੁਣ ਵੀ ਸultan ਵਿੱਚ 9 ਮੌਤਾਂ ਹੋ ਗਈਆਂ ਦੋ ਦਿਨਾਂ ਵਿੱਚ ਇਸ ਕਰਕੇ ਹੋ ਰਹੀਆਂ ਕਿਉਂਕਿ ਜਿਹੜੀ ਰਵਾਇਤੀ ਨਸ਼ੇ ਲੋਕਾਂ ਦੇ ਗਈ ਹੈ ਉਹਨਾਂ ਦੇ ਇੱਕ ਪਾਬੰਦੀ ਲਾਤੀ ਮੁਜਰਮ ਕਰਾਰ ਦੇ ਦਿੰਦੇ ਹੈ और मजबूरी बस ਲੋਕਾਂ ਦੇ ਦੂਜੇ ਨਸ਼ੇ ਹੈਗੇ ਆ ਘਾਤਕ ਨਸ਼ੇ ਹੈ ਉਧਰ ਮੂੰਹ ਕਰਨਾ ਪੈ ਰਿਹਾ ਕਿਉਂਕਿ ਪੁਕੀ ਪੱ ਪੰਜ ਹਜ਼ਾਰ ਰੁਪਏ ਕਿਲੋ ਹੋ ਗਈ ਹੈ ਸੋ ਇਸ ਕਰਕੇ ਜੇ ਪੰਜਾਬ ਨੂੰ ਇਹ ਮਾਰੂ ਨਸ਼ੇ ਤੋਂ ਬਚਾਣਾ ਹੈਗਾ ਤਾਂ ਪੰਜਾਬ ਵਿੱਚ ਸਰਕਾਰੀ ਪ੍ਰਬੰਧ ਦੁਆਰਾ ਜਿਵੇਂ ਵੱਡੇ ਵੱਡੇ ਲੋਕਾਂ ਦੇ ਕਾਰਡ ਬਣੇ ਹੋਏ ਐ ਫੀਮ ਦੇ ਹੁਣ ਵੀ ਉਹਨਾਂ ਲੋਕਾਂ ਨੂੰ ਫੀਮ ਮਿਲਦੀ ਹੈ ਸਿਵਲ ਸਰਜਨ ਦਫ਼ਤਰਾਂ ਤੋਂ ਤਾਂ ਆਮ ਲੋਕਾਂ ਦੇ ਵੀ ਕਾਰਡ ਬਣਨੇ ਚਾਹੀਦੇ ਐ ਡਾਕਟਰ ਦੀ ਸਲਾਹ ਮੁਤਾਬਕ ਕਿੰਨੀ ਮਾਤਰਾ ਚਾਹੀਦੀ ਹੈ ਉਹਨੂੰ ਮਹੀਨੇ ਬਾਅਦ ਉਹਨੂੰ ਮਿਲਨੇ ਚਾਹੀਦੇ ਐ ਇਹ ਕੋਈ ਮਰਦੇ ਹੈ ਨਹੀਂ ਲੋਕੀ ਪੂਰੀ ਉਮਰ ਭੋਕੇ 99 ਸਾਲ ਦੀ ਉਮਰ ਭੋਕੇ ਲੋਕੀ ਮਰਦੇ ਹੈਗੇ ਮਰੇ ਹੈਗੇ ਬਜ਼ੁਰਗ ਬੜੀ ਲੰਬੀ ਉਮਰ ਜੀਵਿਆ ਪੰਜਾਬ ਮਾਰੀ ਮੁੱਟੀ ਫੀਮ ਪੁੱਕੀ ਹਜ਼ਾਰਾਂ ਸਾਲ ਤੋ ਖਾ ਰਿਆ ਹੈਗਾ ਸੋ ਫੀਮ ਪੁੱਕੀ ਨੇ ਪੰਜਾਬ ਨਹੀਂ ਮਾਰਿਆ ਜੇ ਪੰਜਾਬ ਮਾਰੇ ਚਿੱਟੇ ਨਾ ਮਾਰਿਆ ਸਮੈਗ ਨਾ ਮਾਰਿਆ ਹੀਰੋਇਨ ਨੇ ਮਾਰਿਆ ਜਾਂ ਨਸ਼ੇ ਦੇ ਗੋਲੀਆਂ ਦਾ ਟੀਕੇ ਨਾ ਮਾਰਿਆ ਹੈਗਾ ਫੇਮਪੁਕੀ ਨਾਲ ਪੰਜਾਬ ਜਿਹੜਾ ਮੌਤ ਦਾ ਖੂਨ ਹੀ ਬਣਿਆ ਹੈਗਾ ਸੋ ਜੇ ਫੇਮਪੁਕੀ ਬੰਦ ਕਰਨ ਨਾਲ ਹੀ ਇਹ ਮਾਰੇ ਨਸ਼ੇ ਪੰਜਾਬ 'ਚ ਬੜੇ ਹੈਗੇ ਆ ਇਹ ਸਾਡੀ ਪੰਜਾਬ ਮੰਚ ਦੀ ਪੋਜੀਸ਼ਨ ਹੈਗੀ ਹੈ ਅਸੀਂ ਤੇ ਡਟ ਕੇ ਖੜੇ ਹੈਗੇ ਆਂ ਔਰ ਮੈਂ ਇਸ ਦੇ ਵਾਸਤੇ ਐਨਡੀਪੀਐਸ ਐਮੈਂਡਮੈਂਟ ਬਿਲ ਲੋਕ ਸਭਾ ਵਿੱਚ ਪੇਸ਼ ਕੀਤਾ ਹੋਇਆ ਕਿ ਫੇਮਪੁਕੀ ਨੂੰ ਪਾਸੇ ਕੀਤਾ ਜਾਵੇ ਬਾਕੀ ਨਸ਼ੇ ਹੈਗੇ ਮਾਰੂ ਨਸ਼ੇ ਹੈਗੇ ਉਹਨਾਂ ਦੀ ਲਿਸਟ ਅਲੱਗ ਬਣਾਈ ਜਾਵੇ ਤੇ ਫੇਮਪੁਕੀਆਂ ਵਾਲੇ ਵਾਸਤੇ ਜਿਹੜੀ ਪਹੁੰਚ ਅਲੱਗ ਹੋਵੇ ਜਿਹੜੇ ਮਾਰੂ ਨਸ਼ੇ ਹੈਗੇ ਆ ਸਪਚਟਾ ਸਮੈਕ ਹੋਇਆ ਉਹਦੇ ਵਾਸਤੇ ਪਹੁੰਚ ਅਲੱਗ ਹੋਵੇ ਜੀ ਨਹੀਂ ਤੁਸੀਂ ਇਸ ਤੋਂ ਪਹਿਲਾਂ ਕਿਹਾ ਸੀ ਨਾ ਕਿ ਮ ਖਾਂਗਾ ਕਿ ਪੰਜਾਬ ਦੇ ਭਲੇ ਲਈ ਬਹੁਤ ਜ਼ਰੂਰੀ ਹੈ ਕੀ ਗੱਲ ਗਠਜੋੜ ਦੇ ਭਾਈਵਾਲ ਮੰਨਦੇ ਨਹੀਂ ਨਹੀਂ ਅਜੇ ਇਸ ਚਰਚਾ ਨਹੀਂ ਹੋਈ ਅਗਲੇ ਮਿੰਟ ਹੋਈ ਚਰਚਾ ਹੋਗੀ ਜੀ ਨਹੀਂ ਖੇੜਾ ਸਾਹਿਬ ਕਹਿ ਰਹੇ ਸੀ ਨਾ ਕਿ ਚਰਚਾ ਸਾਡੀ ਚੱਲ ਰਹੀ ਹੈ ਇਸ ਤੇ ਅੱਜ ਜਰੂਰ ਚਰਚਾ ਕਰਾਂਗੇ ਜੀ ਅੱਜ ਅੱਜ ਤਾਂ ਮੇਨ ਤਾਂ ਸੀਟਾਂ ਦੀ ਸੀਗੀ ਜੋ ਸੀਟ ਸ਼ੇਅਰਿੰਗ ਸੀਗੀ ਅਲੱਗ-ਅਲੱਗ ਥਾਵਾਂ ਤੇ ਕੌਣ ਕੌਣ ਲੜੂਗਾ ਉਹਦੇ ਬਾਰੇ ਗੱਲਬਾਤ ਹੋਈ ਹੈ ਜੀ ਕੀ ਇਹ ਵੀ ਜਾ ਰਿਹਾ ਹੈ ਕਿ ਜਿਹੜਾ ਸਾਰਾ ਫਾਇਦਾ ਇਸ ਦਾ ਜੋ ਗਠਜੋੜ ਬਣ ਰਹੇ ਨੇ ਅਲੱਗ-ਅਲੱਗ ਜਿਹੜੇ ਕੈਂਡੀਡੇਟਸ ਖੜੇ ਹੋਣਗੇ ਉਹਦਾ ਫਾਇਦਾ ਸਾਰਾ ਕਾਂਗਰਸੀ ਕੈਂਡੀਡੇਟਸ ਨੂੰ ਹੋਏ ਉੜ ਗਿਆ ਉਹ ਆਸ ਦੀ ਕਿਰਨ ਦਾ ਕੰਮ ਕਰੂਗਾ ਇਕੜ ਜੋੜ ਔਰ ਪੰਜਾਬ ਦੇ ਲੋਕਾਂ ਨੂੰ ਤੀਜਾ ਬਦਲ ਜਿੱਦੋਂ ਪੰਜਾਬ ਦੇ ਲੋਕਾਂ ਦੀ ਆਸ ਟੁੱਟਦੀ ਜਾ ਰਹੀ ਸੀ ਔਰ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ 17 ਦੇ ਇਲਕਸ਼ਣਾਂ ਵਿੱਚ ਮਾਤਖਾਨ ਤੋਂ ਬਾਅਦ ਜੋ ਲੋਕਾਂ 82 82 ਲੋਕ ਹੋਗੇ ਸਕੇ ਔਰ ਆਸ ਬੱਜੇਗੀ ਕਿ ਪੰਜਾਬ ਜੀ ਤੀਜਾ ਬਦਲ ਕਾਇਮ ਹੈਗਾ ਔਰ ਮਜਬੂਤੀ ਨਾਲ ਤੀਜਾ ਬਦਲ ਖੜਾ ਹੈਗਾ ਇੱਕ ਨਹੀਂ 6 13 ਇਸ ਇਸ ਪੰਜਾਬ ਪੱਕੀ ਸਿਆਸ ਦੇ ਹਾਕਮ ਖੜ ਗਈਆਂ ਔਰ ਜਿਹੜਾ ਰਵਾਇਤੀ ਪਾਰਟੀਆਂ ਹੈਗੀਆਂ ਕਾਂਗਰਸ ਅਕਾਲੀ ਭਾਜਪਾ ਕੜ ਜੋੜ ਇਹਨੂੰ ਮਾਤ ਦੇਣ ਵਾਸਤੇ ਮਦਦਾਂ ਟੜ ਗਈਆਂ ਹੈਗੀਆਂ ਚਾਰ ਤਰਫਾ ਮੁਕਾਬਲਾ ਹੋਣ ਦੇ ਨਾਲ ਤੁਹਾਨੂੰ ਲੱਗਦਾ ਨਹੀਂ ਵੋਟਾਂ ਵੰਡੀਆਂ ਜਾਣਗੀਆਂ ਵਿਰੋਧੀ ਵੋਟੀਆਂ ਜਿਹੜੀਆਂ ਵੋਟਾਂ ਹੋਣਗੀਆਂ ਵਿਰੋਧੀ ਕਿ ਕੱਲ ਅਕਾਲੀਆ ਬੈਂਕ ਖਿਰੂਗਾ ਹੋਰ ਪਾਰਟੀਆਂ ਬੈਂਕ ਖੁਰੂਗਾ ਔਰ ਜਿਹੜੇ ਇੱਕ ਇੱਕ ਛਿਆਹ ਪਾਰਟੀਆਂ ਦਾ ਇੱਕ ਮਜ਼ਬੂਤ ਕੈਂਡੀਡੇਟ ਹੋਊਗਾ ਉਹਨਾਂ ਦਾ ਕੋਈ ਆਪਸੀ ਮੁਕਾਬਲਾ ਨਹੀਂ ਹੋਊਗਾ ਇੱਕ ਕੈਂਡੀਡੇਟ ਹੋਊਗਾ ਇੱਕ ਸੀਟ ਤੇ ਸਾਡਾ ਉਹ ਉਹਦੇ ਵਿਚਕਾਰ ਦੇ ਕਾਂਗਰਸ ਵਿਚਕਾਰ ਮੁਕਾਬਲਾ ਹੋਊਗਾ ਅਕਾਲੀ ਦਲ ਦਾ ਜਿਹੜਾ ਵੋਟਰਦਾਰ ਆ ਤੁਹਾਨੂੰ ਪਤਾ ਹੈ ਜੋ ਅਕਾਲੀ ਦਲ ਦੇ ਪਿਛਲੇ ਸਾਰੇ ਸਮੇਂ ਚ ਜੋ ਅਕਾਲੀ ਦਲ ਦੀ ਸਾਰੇ ਪੰਜਾਬ ਦੀ ਦੁਰਗਤੀ ਹੋਈ ਹੈ ਉਸ ਤੋਂ ਅਕਾਲੀ ਦਲ ਨੂੰ ਲਾਜ਼ਮੀ ਤੌਰ ਤੇ ਉਹਨਾਂ ਦੇ ਜਿਹੜੇ ਵੋਟਾਂ ਦੀ ਖੁਰੂਗਾ ਉਹ ਵੋਟ ਬੈਂਕ ਸਾਡੇ ਕੋਲ ਆਊਗਾ ਔਰ ਅਸੀਂ ਲਾਜ਼ਮੀ ਤੌਰ ਤੇ ਪੰਜਾਬ ਦੀ ਕਾਫੀ ਸੀਟਾਂ ਜਿੱਤ ਪ੍ਰਾਪਤ ਕਰਾਂਗੇ ਜੀ ਨਹੀਂ ਕਹਿ ਰਹੇ ਨਾ ਕਿ ਜਿਹੜੇ ਟਕਸਾਲੀ ਨੇ ਉਹ ਕਾਲੀਆਂ ਨੂੰ ਹਰਾਉਣਗੇ ਤੇ ਆਪ ਵਾਲੇ ਜਿਹੜੇ ਵਾਕ ਹੋਏ ਨੇ ਜਿਵੇਂ ਖਹਿਰਾ ਸਾਹਿਬ ਤੁਸੀਂ ਹੋ ਤੁਸੀਂ ਆਪ ਦੇ ਮੋਟਲ ਦੀਨੇ ਬੋਟਾ ਮੰਡੀ ਜਾਣੀਆਂ ਸਾਰਾ ਫਾਇਦਾ ਕਾਂਗਰਸ ਨੂੰ ਕਾਂਗਰਸ ਪਾਰਟੀ ਖੋਦੇ ਗੱਲ ਕਹਿ ਰਹੀ ਹੈ ਨਹੀਂ ਕਾਂਗਰਸ ਪਾਰਟੀ ਤਾਂ ਬੜਾ ਕੁਝ ਕਹੋਗੀ ਕਾਂਗਰਸ ਪਾਰਟੀ ਤਾਂ ਜੋ ਜਿੰਨੀ ਬਦਨਾਮ ਹੈਗੀ ਹੈ ਜਿੰਨੀ 2 ਸਾਲਾਂ ਚ ਜੋ ਪ੍ਰਸ਼ਤਾਚਾਰ ਹੈਗਾ ਜੋ ਜੋ ਨਸ਼ੇ ਉਮੇ ਚੱਲ ਚੱਲ ਰਹੇ ਨੇ ਜੋ ਜੋੜਾ ਕਿਸਾਨ ਖੁਦਕਸ਼ੀਆਂ ਕਰ ਰਿਹਾ ਜੋ ਕਰਜ਼ੇ ਨਹੀਂ ਮਾਫ ਕੀਤੇ ਕਰਕਰ ਉਜਗਾਰ ਨਹੀਂ ਦਿੱਤਾ ਟੈਲੀਫੋਨ ਮਤਲਬ ਜੋ ਕਿਹੜਾ ਵਾਦਾ ਨਹੀਂ ਕੀਤਾ ਸੀ ਔਰ ਕਿਹੜਾ ਵਾਦਾ ਜਿਹੜਾ ਨਵਾਇਆ ਹੈਗਾ ਸੋ ਜਿਸ ਤਰ੍ਹਾਂ ਇਹ ਸਰਕਾਰ ਆਪਣੇ ਵਾਦੇ 'ਚ ਫੇਲ ਹੋਈ ਹੈ ਔਰ ਪੰਜਾਬ ਜਿਸ ਤਰ੍ਹਾਂ ਪਿਸ਼ਤਾਚਾਰ ਦਾ ਬੋਲਬਾਲਾ ਹੈਗਾ ਖੁਦ ਇਹਨਾਂ ਦੇ ਮੰਤਰੀ ਇਲਜ਼ਾਮ ਲਾ ਰਹੇ ਸਾਰੀਆਂ ਗੱਲਾਂ ਦੀਆਂ ਹੈਗੀਆਂ ਉਹ ਪੰਜਾਬ ਡੈਮੋਕਰੇਟ ਅਲਾਈਂਸ ਦੇ ਹੱਕ ਜਾਨੀਆਂ ਹੈਗੀਆਂ ਜਿੰਨੀ ਸਥਾਪਤੀ ਵਿਰੋਧੀ ਵੋਟ ਹੈਗੀ ਹੈ ਚਾਹੇ ਉਹ ਪ੍ਰਾਣੀ ਸਥਾਪਤ ਸਥਾਪਤ ਪਾਰਟੀ ਅਕਾਲੀ ਅਕਾਲੀ ਭਾਜਪਾ ਘਟ ਜੋੜ ਸੀ ਪਾਮਿਓ ਕਾਂਗਰਸ ਅੱਜ ਕਾਂਗਰਸ ਹੈ ਉਹ ਸਾਰੀ ਉਹ ਸਾਰੀ ਸਾਡੇ ਖਾਤੇ ਆਉਗੀ ਉਹ ਸਾਰੇ ਲੋਕ ਇੱਕ ਨਾਮੇ ਬਦਲ ਵਾਸਤੇ ਵੋਟ ਪਾਣਗੇ ਜੀ ਆਪ ਤੇ ਟਕਸਾਲੀਆਂ ਦਾ ਗੱਠ ਜੋੜ ਹੋ ਜਾਂਦਾ ਤਾਂ ਤੁਹਾਨੂੰ ਲੱਗਦਾ ਪੀਡੀਏ ਨੂੰ ਕੀ ਨੁਕਸਾਨ ਹੋਊਗਾ ਉਹਦਾ ਦੇਖੋ ਇਹ ਜਦੋਂ ਗੱਲ ਸ਼ੁਰੂ ਉਹਦਾ ਬਗਲ ਕਰ ਲਾਂਗੇ ਜੀ ਲੈਟ ਅਸ ਸੀ ਬਹੁਤ ਬਹੁਤ ਧੰਨਵਾਦ ਸੱਟ ਨਾਲ ਗੱਲਬਾਤ ਕਰਨ ਲਈ ਇਹ ਸੰਨ ਡਾਕਟਰ ਧਰਮਵੀਰ ਗਾਂਧੀ ਜਿਨ੍ਹਾਂ ਨੂੰ ਕਿ ਪਟਿਆਲੇ ਤੋਂ ਪੰਜਾਬ ਡੈਮੋਕਰੈਟਿਕ ਅਲਾਇੰਸ ਦੇ ਵੱਲੋਂ ਗੱਠ ਜੋੜ ਦਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਕਾਂਗ ਕਿਹਦੇ ਵਿੱਚਕਾਰ ਮੁਕਾਬਲਾ ਹੁੰਦਾ ਹੈ ਮਹਾਰਾਣੀ ਪ੍ਰਨੀਤ ਕੌਰ ਦਾ ਨਾਂ ਕਾਂਗਰਸ ਪਾਰਟੀ ਵੱਲੋਂ ਲਿਆ ਜਾ ਰਿਹਾ ਹੈ ਫਿਲਹਾਲ ਅਕਾਲੀਆ ਨੂੰ ਕੋਈ ਉਮੀਦਵਾਰ ਨਹੀਂ ਲੱਭਿਆ ਜੋ ਵੀ ਹੋਏਗਾ ਦਾ ਪੰਜਾਬ ਟੀਵੀ ਤੁਹਾਨੂੰ ਉਸ ਦੀ ਅਪਡੇਟ ਜ਼ਰੂਰ ਦੇਵੇਗਾ